ਹਾਂਜੀ, ਕਿੱਦਾਂ ਕੀ ਹਾਲ ਚਾਲ? ਬੜੇ ਦਿਨਾਂ ਬਾਅਦ ਵੀਡੀਓ ਬਣਾਉਣ ਲੱਗਾ, ਟਾਈਮ ਲੱਗਦਾ ਨਹੀਂ ਹੈਗਾ ਯਾਰ। ਜੋਬ ਆਪਾਂ ਚੇਂਜ ਕੀਤੀ ਹੈ, ਨਵੀਂ ਜੋਬ 'ਤੇ ਆ ਗਏ ਹਾਂ, ਅਤੇ ਨਵੀਂ ਜੋਬ 'ਤੇ ਮੈਂ ਸੋਚਿਆ ਕਿ ਚਲੋ ਤੁਹਾਨੂੰ ਸਾਰਿਆਂ ਨੂੰ ਘਰ ਦਿਖਾ ਦਾਂ ਆਪਣਾ। ਅਕੋਮੋਡੇਸ਼ਨ ਜਿੱਦਾਂ ਹਰ ਕੋਈ ਪਾਉਂਦਾ, ਮੈਂ ਕਿਹਾ ਚਲੋ ਆਪਾਂ ਵੀ ਪਾ ਦਈਏ। ਅਕੋਮੋਡੇਸ਼ਨ ਸਾਡੀ ਥੋੜ੍ਹੀ ਜਿਹੀ ਡਿਫਰੈਂਟ ਆ ਬਾਕੀਆਂ ਤੋਂ, ਅਤੇ ਮੈਂ ਕਿਹਾ ਚਲੋ ਦਿਖਾਉਣਾ ਚਾਹੀਦਾ ਸਾਰਿਆਂ ਨੂੰ। ਅਤੇ ਆਹ ਅਕੋਮੋਡੇਸ਼ਨ ਆਪਣੀ, ਇਹ ਹੈਗੇ ਚੱਲਦੇ ਫਿਰਦੇ ਮੋਬਾਈਲ ਹਾਊਸ, ਇਹਨਾਂ ਦੇ ਥੱਲੇ ਟਾਇਰ ਲੱਗੇ ਆ, ਉਹ ਘਰ ਸਾਡੇ ਸੁਪਰਵਾਈਜ਼ਰ ਦਾ, ਆਹ ਵਾਲਾ ਘਰ ਆਪਣਾ। ਅਤੇ ਆਹ ਦੇਖੋ ਥੱਲੇ ਇਹਦੇ ਲੱਗਾ ਟਾਇਰ, ਆਹ ਮੈਂ ਬੂਟ ਸੁੱਕਣੇ ਪਾਏ ਆ। ਆਹ ਘਰ 'ਚ ਇੱਕ ਕਮਰਾ ਇੱਧਰ, ਆਹ ਵਿੱਚ ਕਿਚਨ, ਇੱਕ ਦੂਜਾ ਕਮਰਾ, ਅਤੇ ਅੰਦਰੋਂ ਵੀ ਤੁਹਾਨੂੰ ਦਿਖਾ ਦਿੰਦਾ ਘਰ ਕਿੱਦਾਂ ਦਾ ਹੁੰਦਾ। ਆਹ ਦੇਖੋ ਜੀ ਅੰਦਰੋਂ ਘਰ ਇੱਦਾਂ ਦਾ, ਦਰਵਾਜ਼ਾ ਬੰਦ ਕਰ ਦਈਏ। ਹਾਂਜੀ, ਐਂਟਰੀ 'ਤੇ ਸਾਨੂੰ ਆਹ ਦਿਖਦਾ ਚੱਪਲਾਂ ਚੁੱਪਲਾਂ ਰੱਖਣ ਨੂੰ, ਇੱਧਰ ਆਹ ਦਰਾਜ ਜਿਹਾ ਬਣਿਆ ਸਮਾਨ ਰੱਖਣ ਨੂੰ, ਮਤਲਬ ਛੋਟਾ ਜਿਹਾ ਘਰ ਹੈ ਕਾਫੀ। ਅਤੇ ਆਹ ਦੇਖ ਲਓ, ਇਹ ਥੋੜ੍ਹਾ ਕਾਊਚ ਟਾਈਪ ਬਣਿਆ, ਇੱਥੇ ਆਪਾਂ ਬਹਿ ਕੇ ਰੋਟੀ ਰੋਟੀ ਖਾ ਲਈ ਦੀ ਆ। ਅਤੇ ਇੰਨਾ ਕੁ ਏਰੀਆ ਹੈਗਾ ਆਹ ਕਿਚਨ ਨਾਲ, ਕਿਚਨ ਠੀਕ ਹੈ, ਕਾਫੀ ਸਾਫ਼ ਸੁਥਰੀ ਹੈ। ਆਹ ਨਾਲ ਡਸਟਬਿਨ ਦਾ ਲਿਫਾਫਾ ਲਾਇਆ, ਇਹ ਵੀ ਜ਼ਰੂਰੀ ਹੈ। ਸਾਹਮਣੇ ਇੱਕ ਕਮਰਾ, ਉੱਧਰ ਰਹਿੰਦੇ ਆ ਦੋ ਬੰਦੇ, ਅਤੇ ਆਹ ਇੱਕ ਦਰਵਾਜ਼ਾ, ਇੱਥੇ ਮੈਂ ਅਤੇ ਮੇਰਾ ਦੋਸਤ ਰਹਿੰਦੇ ਹਾਂ। ਅਤੇ ਆਹ ਹੈਗਾ ਬਾਥਰੂਮ, ਮਤਲਬ ਛੋਟਾ ਜਿਹਾ ਘਰ ਹੈ ਕਾਫੀ, ਲੇਕਿਨ ਠੀਕ ਹੈ, ਮੈਨੇਜੇਬਲ ਹੈ। ਇਹਨੂੰ ਬਾਥਰੂਮ ਵੀ ਤੁਹਾਨੂੰ ਮੈਂ ਦਿਖਾ ਦਿੰਦਾ, ਉੱਧਰ ਮੁੰਡਾ ਲੱਗਾ। ਆਹ ਬਾਥਰੂਮ ਹੈਗਾ ਜੀ, ਇਹ ਨਹਾਉਣ ਵਾਲਾ ਆਪਣਾ ਸਿਸਟਮ ਹੈ, ਇੱਧਰ ਸ਼ਾਵਰ ਵਗੈਰਾ। ਅਤੇ ਬਾਕੀ ਬਸ ਇੰਨਾ ਕੁ ਸੀਗਾ ਘਰ ਦਾ ਟੂਰ, ਜ਼ਿਆਦਾ ਵੱਡਾ ਘਰ ਹੈ ਨਹੀਂ। ਅਤੇ ਬਾਕੀ ਤੁਹਾਨੂੰ ਮੈਂ ਦੱਸ ਦਿੰਦਾ ਕਿ ਇੱਥੇ ਇੱਦਾਂ ਸਿਸਟਮ ਹੁੰਦਾ, ਆਹ ਆਪਣਾ ਕਟਲਰੀ ਵਗੈਰਾ ਰੱਖਣ ਦਾ ਬਣਿਆ ਸਮਾਨ, ਕਾਫੀ ਵੱਡਾ। ਅਤੇ ਜੇ ਆਹ ਵਾਲਾ ਆਪਣਾ ਦਰਾਜ ਖੋਲ੍ਹੀਏ, ਆਹ ਲੱਗਾ ਹੀਟਰ, ਇਹਨੂੰ ਕਹਿੰਦੇ ਹੀਟਿੰਗ ਸਿਸਟਮ, ਇਹਦੇ ਨਾਲ ਹੀ ਘਰ ਦੀ ਹੀਟਿੰਗ ਚੱਲਣੀ, ਇਹਦੇ ਨਾਲ ਹੀ ਕੂਲਿੰਗ ਚੱਲਣੀ, ਇਹਦੇ ਨਾਲ ਹੀ ਗੀਜ਼ਰ 'ਚ ਗਰਮ ਪਾਣੀ ਆਉਣਾ, ਸਾਰਾ ਸਿਸਟਮ ਇਹਦੇ ਅੰਡਰ ਹੀ ਹੈ। ਅਤੇ ਇਹਨੂੰ ਆਪਾਂ ਇੱਦਾਂ ਬੰਦ ਕਰ ਦਿੰਦੇ, ਇਹਦੇ ਦਰਾਜ ਬਣ ਜਾਂਦਾ। ਅਤੇ ਬਾਕੀ ਆਹ ਸਾਨੂੰ ਇਹਨਾਂ ਨੇ ਛੋਟਾ ਜਿਹਾ ਫਰਿੱਜ ਇੱਕ ਪ੍ਰੋਵਾਈਡ ਕੀਤਾ ਪਿਆ, ਜੋ ਕਿ ਚਾਰ ਬੰਦੇ ਲਈ ਇਨਫ ਹੈ। ਬਾਕੀ ਸਾਫ਼ ਸੁਥਰਾ ਘਰ ਹੈ ਕਾਫੀ, ਇਹ ਮੂਵੇਬਲ ਹਾਊਸ ਹੁੰਦਾ ਯਾਰ, ਇਹਨੂੰ ਤੁਸੀਂ ਚਲਾ ਕੇ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਹੋ। ਸਿਰਫ਼ ਇੱਕ ਅੱਗੇ ਗੱਡੀ ਲੱਗਦੀ ਹੈ, ਗੱਡੀ ਦੇ ਨਾਲ ਚਲਾ ਕੇ ਲੈ ਕੇ ਜਾ ਸਕਦੇ ਹੋ। ਅਤੇ ਬਾਹਰ ਆ ਕੇ ਮੈਂ ਤੁਹਾਨੂੰ ਦਿਖਾਉਂਦਾ, ਇਹਦੇ ਬਾਹਰ ਲਿਖਿਆ CM9, CM9 ਇਟਲੀ ਦਾ ਮਤਲਬ ਬਣਿਆ ਹੋਇਆ ਘਰ ਹੈ। ਸੀ ਦਾ ਮਤਲਬ ਹੈਗਾ ਕਾਸਾ, ਕਾਸਾ ਘਰ ਨੂੰ ਕਹਿੰਦੇ ਇਟਲੀ 'ਚ, ਅਤੇ ਮੋਬਾਈਲ ਕਹਿੰਦੇ ਆ ਜਿਹੜੀ ਚੱਲਣ ਫਿਰਨ ਵਾਲੀ ਚੀਜ਼ ਆ, ਉਹਨੂੰ ਮੋਬਾਈਲ ਕਹਿੰਦੇ ਆ। ਸੋ ਇਹਦੀ ਫੁੱਲ ਫੋਰਮ ਬਣੀ CM9, ਕਾਸਾ ਮੋਬਾਈਲ 9, 9 ਇਹਦਾ ਨੰਬਰ ਹੈ। ਅਤੇ ਬਾਕੀ ਬਸ ਇੰਨਾ ਕੁ ਹੀ ਵਲੋਗ ਸੀਗਾ। ਅਤੇ ਆਹ ਲੋਕੇਸ਼ਨ ਆਪਣੀ ਥੋੜ੍ਹੀ ਇੱਦਾਂ ਹੀ ਹੈ, ਅਤੇ ਇਹਨੂੰ ਮਤਲਬ ਤੁਸੀਂ ਕਿਤੇ ਵੀ ਲੈ ਕੇ ਜਾ ਸਕਦੇ ਹੋ, ਘਰ ਨੂੰ ਮੂਵੇਬਲ ਹਾਊਸ ਹੈ। ਪਰ ਇੱਕ ਹੁੰਦੀ ਵੈਨ, ਜਿੱਦਾਂ ਕੈਰਾਵੈਨ ਹੁੰਦੀ ਹੈ, ਉਹ ਚੀਜ਼ ਨਹੀਂ ਹੈ, ਕੈਰਾਵੈਨ ਤੋਂ ਅਲੱਗ ਹੈ। ਕੈਰਾਵੈਨ ਤੋਂ ਕਹਿ ਲਓ ਕਿ ਡਬਲ ਸਾਈਜ਼ ਹੈ, ਕਿਉਂਕਿ ਦੋ ਕਮਰੇ ਆ ਅਤੇ ਇੱਕ ਕਿਚਨ ਹੈ, ਇੱਕ ਬਾਥਰੂਮ ਹੈ, ਅਤੇ ਕਾਫੀ ਵੱਡਾ ਘਰ ਹੈ ਇੱਕ ਤਰੀਕੇ ਨਾਲ ਦੇਖਿਆ ਜਾਏ ਤਾਂ। ਇਨਫ ਯਾਰ, ਚਾਰ ਬੰਦੇ ਲਈ ਕਾਫੀ ਹੈ। ਅਤੇ ਬਸ ਇੰਨਾ ਕੁ ਅੱਜ ਦਾ ਹਾਊਸ ਟੂਰ ਸੀਗਾ, ਮੈਂ ਕਿਹਾ ਚਲੋ ਵੀਡੀਓ ਬਣਾ ਦਈਏ ਯਾਰ।